ਬਿਆਸ ਮੁੱਖ ਮਾਰਗ ਤੋਂ ਇੱਕ ਸੁਧਾਰ ਨੂੰ ਸੜਕ ਜਾ ਰਹੀ ਹੈ ਜੋ ਬੜੇ ਪਿਛਲੇ ਲੰਮੇ ਸਮੇਂ ਤੋਂ ਇੱਕ ਪੱਥਰ ਪਾ ਕੇ ਲਟਕੀ ਪਈ ਹੈ ਜਿਸ ਦੇ ਉੱਤੇ ਕੋਈ ਵੀ ਪ੍ਰੀਮਿਕਸ ਨਹੀਂ ਪਾਇਆ ਗਿਆ ਜਿਹੜੀ ਕਿ 18.5 ਫੁੱਟ ਚੱਲੀ ਹੈ ਅਤੇ ਉਹ ਤੁਸੀਂ ਤੁਹਾਡੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ 'ਤੇ ਪੱਥਰ ਪਿਆ ਹੈ ਲੋਕਾਂ ਨੂੰ ਰਾਹਗੀਰਾਂ ਨੂੰ ਬੜਾ ਦਿੱਕਤ ਆਉਂਦੀ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਵੀ ਪਿਛਲੇ ਦਿਨ ਵੀ ਇਹ ਸੜਕ 'ਤੇ ਅੱਤ ਦਾ ਚਿੱਕੜ ਸੀ ਜਿਸ 'ਤੇ ਬੱਚਿਆਂ ਨੂੰ ਸਕੂਲ ਬੱਚਿਆਂ ਨੂੰ ਜਾਣਾ ਆਉਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਸੜਕ ਦਾ 18.5 ਲੰਬਾਈ ਜਿਹੜੀ ਆ 18.5 ਕਿਲੋਮੀਟਰ ਦੀ ਹੈ ਜੋ ਕਿ ਬਿਆਸ ਬਟਾਲਾ ਬਿਆਸ ਰੋਡ ਤੋਂ ਸੁਧਾਰ ਖੱਬੇ ਰਾਜਪੂਤ ਸੁਧਾਰਤ ਰਾਜਪੂਤਾ ਮਾਇਆ ਭਦਿਓ ਭਲਾਈਪੁਰ ਜ਼ਿਲ੍ਹਾ ਅੰਮ੍ਰਿਤਸਰ ਨੂੰ ਵੀ ਹੈ ਜਿਸ ਦੀ ਇਹ 2022 ਦੇ ਵਿੱਚ ਇਹ ਤਿਆਰ ਹੋ ਜਾਣੀ ਸੀ ਮੁਕੰਮਲ ਕੰਮ ਹੋ ਜਾਣਾ ਸੀ ਜੋ ਕਿ ਅਜੇ ਤੱਕ ਇਸ 'ਤੇ ਪ੍ਰੀਮਿਕਸ ਨਹੀਂ ਪਿਆ ਅਤੇ ਆਓ ਇਸ ਸਾਡੇ ਨਾਲ ਜੁੜੇ ਨੇ ਭਾਜਪਾ ਆਗੂ ਹਾਂਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਕੁਲਜਿੰਦਰ ਸਿੰਘ ਲਾਡੀ ਹੈ ਅਤੇ ਕੀ ਮੁਸ਼ਕਿਲ ਆ ਰਹੀ ਹੈ ਜੀ ਸੜਕ ਬਾਰੇ ਕੀ ਕਹਿ ਮੁਸ਼ਕਿਲ ਇਹ 2021 ਦੇ ਵਿੱਚ ਸਟਾਰਟਿੰਗ ਹੋਇਆ ਸੀ ਇਹਦਾ ਕੰਮ ਜੀ 2022 'ਚ ਮੁਕੰਮਲ ਹੋਣਾ ਸੀ ਜਦਕਿ 2023 ਦਾ ਚੌਥਾ ਮਹੀਨਾ ਆ ਗਿਆ ਵਾ ਇਹ ਤਾਂ ਪ੍ਰੀ ਮਿਕਸਿੰਗ ਹਾਲੇ ਤੱਕ ਵੀ ਪਿਆ ਬਹੁਤ ਦਿੱਕਤਾਂ ਆ ਰਹੀਆਂ ਵਾ ਆਉਣ ਜਾਣ ਵਾਲਿਆਂ ਨੂੰ ਰਾਹੀਆਂ ਨੂੰ ਮੀਂਹ ਕਣੀ ਦੇ ਵਿੱਚ ਇੱਥੇ ਕੱਦੂ ਵਰਗਾ ਮਾਹੌਲ ਬਣਿਆ ਹੁੰਦਾ ਸਕੂਲ ਵੀ ਜਾਂਦੇ ਆ ਰਾਹੀ ਆਉਂਦੇ ਜਾਂਦੇ ਆ ਮੋਟਰਸਾਈਕਲਾਂ ਦੇ ਟਾਇਰ ਪੈਂਚਰ ਕੁਝ ਆਉਣ ਜਾਣ ਵਾਲਿਆਂ ਨੂੰ ਸੱਟਾਂ ਵੀ ਲੱਗਦੀਆਂ ਹਨ ਜਦਕਿ ਇਹਦਾ 2022 ਦੇ ਵਿੱਚ ਮੁਕੰਮਲ ਹੋ ਜਾਣਾ ਸੀ 2023 ਸਰਕਾਰਾਂ ਦੀਆਂ ਅਣਗਹਿਲੀਆਂ ਕਰਕੇ ਸੜਕ ਦਾ ਮੁਕੰਮਲ ਕੰਮ ਨਹੀਂ ਹੋ ਪਾਇਆ ਅਸੀਂ ਇਹੋ ਹੀ ਅਪੀਲ ਕਰਦੇ ਹਾਂ ਵੀ ਕਿਹੜੀ ਸਰਕਾਰ ਕਰਦੇ ਜੇ ਤੁਸੀਂ ਅਸੀਂ ਪੰਜਾਬ ਸਰਕਾਰ ਨੂੰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਸੜਕਾਂ ਲੈ ਧਿਆਨ ਹਲਕੇ ਦਾ ਮੰਤਰੀ ਸਾਹਿਬ ਨੇ ਉਹਨਾਂ ਨੇ ਕਦੀ ਪੀ ਡੀ ਓ ਸਾਹਿਬ ਤਾਂ ਚਲੋ ਹਲਕੇ ਦੇ ਕੰਮ ਜਿੱਦਾਂ ਇੱਥੇ ਅਖੰਡੇ ਬਹੁਤ ਜ਼ਿਆਦਾ ਕਰਾਏ ਆ ਪਰ ਇਹੋ ਜਿਹੇ ਕੰਮਾਂ ਵੱਲ ਧਿਆਨ ਨਹੀਂ ਗਾ ਦਿੱਤਾ ਜਾ ਰਿਹਾ ਜੇ ਕੰਮ ਹੋਇਆ ਹੁੰਦਾ ਤਾਂ ਅੱਜ 2023 ਆ ਗਈ ਆ ਜੋ ਕਿ 22 'ਚ ਮੁਕੰਮਲ ਹੋ ਜਾਣਾ ਹੈ ਇੱਥੇ ਬਿਲਕੁਲ ਪ੍ਰੀ ਮਿਕਸ ਪੈ ਕੇ ਵਧੀਆ ਤਰੀਕੇ ਨਾਲ ਬਣ ਜਾਣੀ ਸੀ ਜੋ ਕਿ ਆਉਣ ਰਹੀਆਂ ਨੂੰ ਕੋਈ ਦਿੱਕਤ ਨਹੀਂ ਸੀ ਆਉਣੀ ਹਾਂਜੀ ਆਓ ਤਾਂ ਗੱਲ ਕਰਦੇ ਹਾਂ ਕੀ ਨਾਂ ਜੀ ਆਪਣਾ ਮੇਰਾ ਸਰਦਾਰ ਰਾਜਪਾਲ ਸਿੰਘ ਰਾਜੂ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਦੇਖੋ ਜੀ ਇਹ ਸਭ ਤੋਂ ਪਹਿਲਾਂ ਤਾਂ ਆਮ ਪਾਰਟੀ ਦੇ ਹਰਭਜਨ ਸਿੰਘ ਈਟੀਓ ਮੰਤਰੀ ਸਾਹਿਬ ਨੂੰ ਆਏ ਦੇ ਧਿਆਨ ਦੇਣਾ ਚਾਹੀਦਾ ਸੀ ਜਿੱਥੋਂ ਕਾਫੀ ਪਿੰਡਾਂ ਨੂੰ ਰਸਤਾ ਨਿਕਲਦਾ ਹੈ ਬਹੁਤ ਜ਼ਿਆਦਾ ਪਿੰਡ ਵਾ ਪਰ ਇੱਥੇ ਕਿੰਨੀ ਮਾੜੀ ਹਾਲਤ ਆ ਬੱਚੇ ਸਕੂਲਾਂ ਨੂੰ ਜਾਂਦੇ ਆ ਕੋਈ ਕਿਸੇ ਦੀ ਵਰਦੀ ਖਰਾਬ ਹੁੰਦੀ ਆ ਕੋਈ ਡਿੱਗ ਪੈਂਦਾ ਵਾ ਕੋਈ ਐਕਸੀਡੈਂਟ ਹੋ ਜਾਂਦਾ ਇਦੋਂ ਜਦੋਂ ਨਿਕਲਦੇ ਆ ਬਹੁਤ ਹੀ ਮਾੜੀ ਹਾਲਾਤ ਆ ਇਹਨੂੰ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਵੇਖਣਾ ਚਾਹੀਦਾ ਇਹਨਾਂ ਦੇ ਇੱਥੇ ਵਧੀਆ ਤਰੀਕੇ ਨਾਲ ਬਣਾਉਣਾ ਚਾਹੀਦਾ ਇਹ ਅਪੀਲ ਕਰਦੇ ਠੀਕ ਹੈ ਜੀ ਕੀ ਮੰਗ ਕਰਦੇ ਜੀ ਹੁਣ ਮੰਗ ਅਸੀਂ ਇਹੋ ਕਰਦੇ ਹਾਂ ਕਿ ਇਹਦੇ ਵੱਲ ਪਹਿਲਾਂ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਹਲਕੇ ਦੇ ਨਾਲੇ ਜੰਡਿਆਲਾ ਗੁਰੂ ਦੇ ਹਲਕੇ ਦੇ ਆ ਉਹ ਕਿਉਂ ਲੇਟ ਹੋਣ ਡਿਆ ਇਹ ਬਹੁਤ ਕਮੀ ਹੈ ਕੰਮ ਇਹ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਜਲਦ ਤੋਂ ਜਲਦ ਹੋਣਾ ਚਾਹੀਦਾ ਬਸ ਇਹ ਸਨ ਇਲਾਕੇ ਦੇ ਲੋਕ ਜਿਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਦੱਸੀਆਂ ਵੀ ਇਹ ਸੜਕ 'ਤੇ ਸਾਨੂੰ ਕਿੰਨੀ ਦਿੱਕਤ ਆ ਰਹੀ ਹੈ ਅਜੇ ਤੱਕ ਸੜਕ 'ਤੇ ਪ੍ਰੀ ਮਿਕਸ ਨਹੀਂ ਪਿਆ ਕਿਉਂਕਿ 22 ਦੇ ਵਿੱਚ ਤਿਆਰ ਹੋਣੀ ਸੀ 23 ਆ ਗਈ ਹੈ ਅਜੇ ਤੱਕ ਤਿਆਰ ਨਹੀਂ ਹੋਈ ਮੈਂ ਹਾਂ ਧਰਮਿੰਦਰ ਸਿੰਘ ਭਮਰਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।